ਆ ਦੇਖੋ ਜੀ, ਆ ਚੌਲ ਬਣਾਏ ਨੇ ਅਤੇ ਇਹਨਾਂ ਦੀ ਪ੍ਰੋਪਰ ਬੋਲ ਬਣੇਗੀ ਹੁਣ। ਆ ਦੇਖੋ, ਮਿਕਸਿੰਗ ਬਹੁਤ ਜ਼ਿਆਦਾ ਵੱਧ ਗਈ ਹੈ। ਸਾਰੇ ਗਰਮ ਨੇ, ਲਓ ਜੀ ਬੋਲ ਬੋਲ ਦੀ ਪੂਰੀ ਸ਼ੇਪ ਲੈ ਰਿਹਾ ਹੈ ਚੌਲ। ਚਾਵਲ ਦੀ ਪੂਰੀ ਬੋਲ ਬਣ ਚੁੱਕੀ ਹੈ। ਹੁਣ ਦੇਖਿਓ ਇਹਨੇ ਬੋਲ ਵਾਂਗੂ ਕੰਮ ਵੀ ਕਰਨਾ। ਦੇਖੋ ਰਨ ਹੋ ਚੁੱਕੀ ਹੈ। ਕੀ ਇਸਦਾ ਮਤਲਬ, ਇਹ ਵਾਕਈ ਪਲਾਸਟਿਕ ਦੇ ਚੌਲ ਨੇ? ਇਸਦਾ ਇੱਕ ਸਿੰਪਲ ਜਵਾਬ ਹੈ ਨਹੀਂ। ਕੁਛ ਸ਼ਰਾਰਤੀ ਅੰਸਰ ਹਰ ਇੱਕ ਚੀਜ਼ ਨੂੰ ਗਲਤ ਬੋਲ ਕੇ ਲੋਕਾਂ ਨੂੰ ਮਿਸਗਾਈਡ ਕਰ ਰਹੇ ਨੇ। ਇਹ ਅਸਲ ਵਿੱਚ ਚਾਵਲ ਹੀ ਨੇ। ਜਿਹੜਾ ਮਰਜ਼ੀ ਚਾਵਲ ਲੈ ਲਓ ਤੁਸੀਂ, ਚਾਹੇ ਪਰਮਲ ਲੈ ਲਓ, ਚਾਹੇ ਲੈ ਲਓ ਬਾਸਮਤੀ, ਉਸਦੀ ਇਸ ਤਰ੍ਹਾਂ ਗੇਂਦ ਬਣੇਗੀ ਹੀ ਬਣੇਗੀ, ਅਤੇ ਉਹਨੇ ਛਾਲ ਵੀ ਮਾਰਨੀ ਹੈ। ਬਟ ਕੁਛ ਸ਼ਰਾਰਤੀ ਲੋਕ ਤੁਹਾਡਾ ਦਿਮਾਗ ਖਰਾਬ ਕਰਦੇ ਨੇ, ਅਤੇ ਤੁਸੀਂ ਹੋਟਲਾਂ ਦੇ ਵਿੱਚ ਜਾ ਕੇ ਹੋਟਲ ਵਾਲਿਆਂ ਨੂੰ ਬਦਨਾਮ ਕਰਦੇ ਹੋ ਬੇਫਾਲਤੂ 'ਚ। ਕੁਛ ਟਾਈਮ ਪਹਿਲਾਂ ਮੀਡੀਆ ਦੇ ਵਿੱਚ ਇੱਕ ਲੇਡੀ ਨੇ ਖਬਰ ਫੈਲਾਈ ਸੀਗੀ, ਉਹ ਸਭ ਹੀ ਫੇਕ ਸੀਗੀ। ਥੈਂਕ ਯੂ ਜੀ, ਦੇਖਣ ਵਾਸਤੇ ਸ਼ੇਅਰ ਕਰੋ।